ਇੱਕ ਨੂੰ ਦੁੱਖ ਹੈ, ਸਭ ਪਿੰਡ ਨੂੰ ਦੁੱਖ ਹੈ ਜੀ, ਬਹੁਤ ਜਾਣਿਆਂ ਨੂੰ ਦੁੱਖ ਹੈਗਾ ਜੀ। ਮੈਨੂੰ ਤਾਂ ਇਹੀ ਬੇਨਤੀ ਹੈ ਜੀ, ਜਿੰਨੇ ਦੇ ਵਿੱਚ ਹੈਗੇ ਆ ਇਹਦੇ ਕਰਨਾਮਾ ਚ, ਠੀਕ ਹੈ ਜੀ, ਸਾਰੇ ਫੜੇ ਜਾਣੇ ਚਾਹੀਦੇ। ਤੁਹਾਨੂੰ ਲੱਗਦਾ ਵੀ ਕੋਈ ਹੋਰ ਵੀ ਘਰ ਵਾਲੀ ਦੇ ਨਾਲ ਹੋ ਵੀ ਮਤਲਬ ਇਸ ਵਿੱਚ ਸਾਜਿਸ਼ ਹੈ? ਹਾਂ ਜੀ ਹੈਗੀ ਹੈ, ਮੁੰਡੇ ਦੀ, ਜਿਹੜਾ ਮੁੰਡਾ ਉਹਦੇ ਨਾਲ, ਹੁਣ ਟਰੇਸ ਕੀਤਾ ਜਾਵੇ ਉਹਦਾ ਜੀ, ਠੀਕ ਹੈ, ਤੇ ਉਹਦਾ ਪਤਾ ਕੀਤਾ ਜਾਵੇ ਕੌਣ ਹੈ ਕੌਣ ਨਹੀਂ ਹੈ। ਤੁਸੀਂ ਜੇਲ ਚੋਂ ਤੁਹਾਨੂੰ ਕਿਤੇ ਮਿਲਣ ਵਗੈਰਾ ਗਈ ਸੀ? ਨਹੀਂ, ਮੈਨੂੰ ਮੁਲਾਕਾਤ ਕਦੇ ਬੰਦ ਹੋਈ ਹੋਈ ਸੀ ਮੁਲਾਕਾਤ ਮੇਰੀ। ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜੇਲ ਚ? ਮੈਨੂੰ ਜੇਲ ਚ ਹੋ ਗਏ 3 ਸਾਲ ਹੋ ਜਾਣਗੇ, 5 ਮਹੀਨੇ। ਜੇਲ ਜਾਣ ਦਾ ਕਾਰਨ ਕੀ ਸੀ? ਮੇਰੇ ਤੇ ਪਰਚੇ ਵਾਲੀ ਸੀ। ਅੱਛਾ, ਪਰਚੇ ਪੈ ਗਏ, ਉਦੋਂ ਬਾਅਦ ਤੁਹਾਡੀ ਮੁਲਾਕਾਤ ਕਰਨ ਜਾਂਦੀ ਹੈ ਜਾਂ ਤੁਹਾਨੂੰ ਮਿਲ ਜਾਂਦੀ ਹੈ? ਨਹੀਂ ਗਈ, ਮੈਨੂੰ ਇੱਕ ਵਾਰੀ ਮੁਲਾਕਾਤ ਨਹੀਂ। ਇਹ ਬਈ ਲਵ ਲਵ ਮੈਰਿਜ ਜਾਂ ਅਰੇਂਜਮੈਂਟ? ਲਵ ਮੈਰਿਜ। ਹਾਂ, ਲਵ ਮੈਰਿਜ ਕਿੱਥੋਂ ਦੀ ਹੈ ਇਹ? ਰਾਮਪੁਰੇ ਦੀ ਹੈ ਜੀ, ਵੱਜੋ ਕਨਾ। ਵੱਜੋਣਾ? ਹਾਂ, ਵੱਜੋ ਵਾਲਾ। ਤੁਸੀਂ ਮੰਗ ਕੀ ਕਰਦੇ ਹੋ ਸਾਰੇ ਆਪਦੇ? ਮੰਗ ਜੀ, ਮੇਰੇ ਬੱਚੇ ਨੂੰ ਸਾਹ ਮਿਲਣਾ ਚਾਹੀਦਾ ਜੀ, ਸਜ਼ਾ ਹੋਣੀ ਚਾਹੀਦੀ ਹੈ ਫਾਂਸੀ ਦੀ, ਠੀਕ ਹੈ ਜੀ, ਬਸ ਆਹੀ ਮੰਗ ਹੈ ਜੀ ਮੇਰੇ ਕੋਲ। ਇਹ ਪਹਿਲਾਂ ਵੀ ਕੁਝ ਹਰਕਤਾਂ ਇਹੋ ਜਿਹੀਆਂ ਕਰਦੀ ਰਹਿੰਦੀ ਸੀ ਨਿੱਕੇ ਮੋਟੀਆਂ ਤੇ? ਨਹੀਂ 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 ਨਹੀਂ, ਪਹਿਲੀ ਵਾਰੀ ਹਰਕਤ ਹੋਈ ਹੈ ਜੀ, ਇਹ ਜੀ ਹਰਕਤ ਹੀ ਨਹੀਂ ਹੋਈ ਸੀਗੀ। ਇਹ ਇੱਕ ਆਪਾਂ ਮਾਂ ਸੁੱਤੇ ਪਏ ਨੂੰ ਜਰਦੀ ਨਹੀਂ ਹੁੰਦੀ, ਇੱਕ ਮਾਂ ਨੇ ਪਾਲਿਆ ਹੋਵੇ ਹੱਥਾਂ ਦੇ ਨਾਲ, ਇੱਕ ਆਪਦੇ ਮਾਂ ਨੇ ਪਾਲ ਕੇ ਪੁੱਤ ਨੂੰ, ਉਹਦੇ ਜਿਹਨ ਕੇ ਲੱਤਾਂ ਬਾਹਾਂ ਵੀ ਦੱਸੀਆਂ ਜਾ ਰਹੀਆਂ, ਜਿਹਨ ਕੇ ਤੋੜ ਕੇ ਛੋਟੇ ਜਿਹੇ ਟੋਏ ਦੇ ਵਿੱਚ ਪਾ ਜਾਣਾ, ਕਿਵੇਂ ਦੇਖੋਗੇ ਤੁਸੀਂ? ਇਹ ਦੇਖਾਂਗੇ, ਇੱਕ ਮਾਂ ਨੇ ਪੁੱਤ ਮਾਰਿਆ ਗਾ, ਪਹਿਲਾਂ ਤਾਂ ਮਾਂ ਤੇ ਵਿਸ਼ਵਾਸ ਕਰਦੇ ਹੁੰਦੇ ਸੀ, ਹੁਣ ਮਾਂ ਤੋਂ ਵਿਸ਼ਵਾਸ ਵੀ ਚੱਕਿਆ ਗਿਆ, ਠੀਕ ਹੈ ਜੀ, ਹੁਣ ਕੌਣ ਕਿਤੇ ਕਿਹਦੇ ਵਿਸ਼ਵਾਸ ਕਰੂਗਾ? ਮਾਂ ਤੋਂ ਵਿਸ਼ਵਾਸ ਚੱਕਿਆ ਗਿਆ, ਹੁਣ ਕੋਈ ਕਿਸੇ ਤੇ ਵਿਸ਼ਵਾਸ ਨਹੀਂ ਕਰਦਾ। ਇਹਨੂੰ ਆਪਾਂ ਮਾਂ ਕਹਿ ਸਕਦੇ ਹਾਂ? ਨਹੀਂ ਕਹਿ ਸਕਦੇ, ਡੈਣ ਕਹਿ ਸਕਦੇ ਜੀ, ਡੈਣ ਵੀ ਛੱਡ ਦਿੰਦੀ ਇੱਕ ਘਰ, ਇਹਨੂੰ ਡੈਣ ਦਾ ਲਫ਼ਜ਼ ਵੀ ਨਹੀਂ ਮਿਲਦਾ ਜੀ, ਬਸ ਜਿਹੜਾ ਤੁਹਾਡਾ ਸਹੁਰਾ ਪਰਿਵਾਰ ਆ ਕੀ ਉਹ ਤੁਹਾਡੇ ਨਾਲ ਆ ਤੇ ਉਹਨਾਂ ਦੇ ਨਾਲ? ਨਹੀਂ, ਮੇਰੀ ਗੱਲ ਨਹੀਂ ਹੋਈ। ਅੱਛਾ, ਕੀ ਲੱਗਦਾ ਵੀ ਉਹ ਤੁਹਾਡੇ ਨਾਲ ਖੜਨਗੇ ਜਾਂ ਉਹ ਆਦੀ ਲੜਕੀ ਦੇ ਨਾਲ ਖੜਨਗੇ? ਕੀ ਪਤਾ ਜੀ। ਹਾਂ ਜੀ, ਗੱਲ ਨਹੀਂ ਹੋਈ। ਸੰਸਕਾਰ ਤੇ ਵੀ ਨਹੀਂ ਆਏ? ਨਹੀਂ ਆਏ ਸੰਸਕਾਰ ਤੇ ਜੀ। ਕੀ ਨਾਂ ਤੁਹਾਡਾ ਜੀ? ਮੇਰਾ ਨਾਂ ਸਰਜੀਤ ਸਿੰਘ ਰਾਜਪੂਤ ਜੀ। ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਤੁਸੀਂ ਦੇਖੋ ਕਿੰਨਾ ਘਿਨਾਉਣਾ, ਮਾਂ ਨੇ ਮਤਲਬ ਪੁੱਤ ਮਾਰਤਾ ਪਾਲ ਕੇ, ਕੀ ਕਹਿਣਾ ਚਾਹੁੰਦੇ ਹੋ? ਕਿੰਨਾ ਕਲ ਜੂਗਾ, ਕਿਹੋ ਜਿਹਾ ਮਾਹੌਲ ਹੈ ਇੱਥੇ? ਮੇਰਾ ਪਿੰਡ ਤਲਵੰਡੀ ਸਾਬੋ ਜੀ, ਪਹਿਲਾਂ ਮੇਰੇ ਪਿੰਡ ਦੇ ਵਿੱਚ ਕਲ ਜੂਗੀ ਮਾਂ ਕਿ ਆਪਣੇ ਪੁੱਤਰ ਨੂੰ ਟੋਆ ਪੱਟਿਆ, ਮੈਨੂੰ ਬਾਹਰ ਪਤਾ ਲੱਗਾ ਟੋਆ ਪੱਟਿਆ, ਟੋਆ ਛੋਟਾ ਸੀ ਕਾਹਲ ਦੇ ਵਿੱਚ, ਮੈਨੂੰ ਲੱਗਦਾ ਵੀ ਇਹ ਲੇਡੀ ਹੈ ਜਿਹੜੀ ਕਲ ਜੂਗੀ ਮਾਂ, ਇਹਨਾਂ ਨੇ ਨਸ਼ਾ ਕੀਤਾ ਸੀ। ਮੈਂ ਹੁਣ ਵੇਖਿਆ ਵੀ ਉੱਥੇ ਆਂਡਿਆਂ ਦੇ ਫੁਲਕ ਵੀ ਪਏ, ਜਦੋਂ ਲੱਤਾਂ ਤਾਂ ਉਹਦੇ ਵਿੱਚ ਮਤਲਬ ਨਹੀਂ ਪੂਰਾ ਆ ਰਿਹਾ, ਫਿਰ ਇਹਨੇ ਉੱਥੋਂ ਚੱਕਿਆ ਡਰਦੀ ਨੇ ਉਹਨੂੰ, ਬੱਚੇ ਨੂੰ ਮੈਨੂੰ ਪਤਾ ਲੱਗਿਆ ਵੀ ਨਵਾਇਆ, ਨਵਾ ਕੇ ਸਕੂਲੀ ਵਰਦੀ ਪਾਈ, ਫਿਰ ਸਾਡੇ ਮਾਸਤੋਆਂ ਨੇ ਗੇਟ ਦੇ ਕੋਲੇ ਕਿਸੇ ਹਿਸਾਬ ਨਾਲ, ਮੈਂ ਨਹੀਂ ਕਹਿੰਦਾ ਵੀ ਬੱਸ ਤੇ ਚੜ੍ਹੀ, ਮੈਨੂੰ ਸ਼ੱਕ ਆ ਵੀ ਬੱਸ ਤੇ ਨਹੀਂ ਚੜ੍ਹੀ, ਕਿਸੇ ਦੇ ਨਾਲ ਗਈ ਹੈ, ਉੱਥੇ ਮਾਨਸਾ ਗਈ, ਮਾਨਸਾ ਦੇ ਨਾਲ ਉੱਥੇ ਡਰਾਮਾਬਾਜ਼ੀ ਕਰਕੇ ਬੱਚੇ ਨੂੰ ਪਾਇਆ, ਫਿਰ ਮੇਰਾ ਭਾਈ ਮੇਰੇ ਚਾਚੇ ਦਾ ਲੜਕਾ ਅਮਨਾ, ਉਹਨੂੰ ਪਤਾ ਲੱਗਾ, ਉਹਨੇ ਫਿਰ ਪੁਲਿਸ ਕੋਲ ਰਿਪੋਰਟ ਕੀਤੀ, ਪੂਰੀ ਜੱਜਮੈਂਟ ਕੀਤੀ, ਫਿਰ ਇਹਨੂੰ ਬਠਿੰਡਿਓ ਹੌਸਪੀਟਲ ਚ ਮਾਹੌਲ ਆ। ਹੁਣ ਇੱਥੇ ਦੇਖੋ ਸੰਸਕਾਰ ਹੋ ਰਿਹਾ, ਪਿਤਾ ਜੇਲ੍ਹ ਚੋਂ ਆਇਆ, ਕਿਹੋ ਜਿਹਾ ਮਾਹੌਲ ਹੈ ਇੱਥੇ ਜੀ? ਮਾਹੌਲ ਆ ਜਿਹੜਾ ਬਿਲਕੁਲ ਸਭ ਦੀਆਂ ਅੱਖਾਂ ਬੰਦਿਆਂ ਦੀਆਂ, ਬਜ਼ੁਰਗਾਂ ਦੀਆਂ ਤਾਂ ਭਿੱਜਣੀਆਂ ਸੀ, ਇੱਥੇ ਜਾਨਵਰਾਂ ਦੀਆਂ ਵੀ ਅੱਖਾਂ ਭਿੱਜੀਆਂ ਇਸ ਵੇਲੇ ਮੇਰੀ ਨਜ਼ਰ ਦੇ ਵਿੱਚ, ਕਿ ਸਾਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਹੈ, ਲਹਿਰ ਚੱਲ ਰਹੀ 8 ਮੀਟਰ ਦੇ ਵਿੱਚ, 8 ਕਿਲੋਮੀਟਰ ਦੇ ਵਿੱਚ ਤਲਵੰਡੀ ਸਾਬੋ ਦਾ ਪਿੰਡ ਆ, ਇੱਥੇ ਐਂ ਲੱਗਦਾ ਵੀ ਸਾਰੇ ਪਿੰਡ ਦੇ ਵਿੱਚ, ਸਾਡੇ ਤਲਵੰਡੀ ਸਾਬੋ ਦੇ ਵਿੱਚ ਇਹੋ ਜਿਹੀ ਦੁਰਘਟਨਾ ਕਦੇ ਨਹੀਂ ਮਿਲੀ, ਨਾ ਹੀ ਹੋਈ ਆ, ਨਾ ਗਾਹ ਨੂੰ ਹੋਵੇ। ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਕੀ ਮੰਗ ਕਰਦੇ ਹੋ? ਇਹ ਮੈਂ ਮੰਗ ਕਰਦਾ, ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਹੋਣੀ ਚਾਹੀਦੀ ਹੈ। ਮੈਂ ਆਪਣੀ ਪਾਰਟੀ ਵੱਲੋਂ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਕਰਦਾ ਜੀ। ਇੱਕ ਨਹੀਂ, ਸੜਕ ਤੇ ਪਾਉਣ ਦਾ ਕਾਰਨ ਕੀ ਜੇ ਇਥੋਂ ਮਾਰ ਕੇ ਘਰੋਂ ਸੜਕ ਤੇ ਲੈ ਜਾਂਦੀ ਹੈ?
ਇਹ ਜੀ ਇਹਨੂੰ ਐ ਸੀ ਵੀ ਨਾ ਪਤਾ ਲੱਗੇ ਡਰਾਮਾਬਾਜ਼ੀ ਕਰਦੀ ਸੀ ਵੀ ਕਿਸੇ ਦੇ ਹੋਰ ਮਤਲਬ ਕਤਰ ਗਲ ਦੇ ਵਿੱਚ ਪੈ ਜਾਵੇ। ਤੁਹਾਨੂੰ ਐ ਲੱਗਦਾ ਵੀ ਕੋਈ ਨਾਲ ਇਹਦੇ ਬੈਕ ਤੇ ਹੋ ਰਿਹਾ? ਮੈਨੂੰ ਸ਼ੱਕ ਲੱਗਦਾ ਵੀ ਲੇਡੀ ਹੈ ਜਿਹੜੀ ਇਕੱਲੀ, ਇਹਦੀ ਕੋਈ ਹਿੰਮਤ ਨਹੀਂ ਪੈਂਦੀ ਕਿ ਜਾਨਵਰ ਵੀ ਬਾਂਦਰੀ ਵੀ ਆਪਣੇ ਬੱਚੇ ਨੂੰ ਚੱਕੀ ਫਿਰਦੀ ਆ ਤੇ ਮਾਂ ਦਾ ਹੀਆਂ ਨਹੀਂ ਪੈਂਦਾ। ਮੈਨੂੰ ਸ਼ੱਕ ਆ, ਮੈਨੂੰ ਜ਼ਹਿਰ ਆ ਵੀ ਇਹਦੇ ਨਾਲ ਕੋਈ ਇਨਸਾਨ। ਦੱਸਣ ਤੇ ਵੀ ਆ ਰਿਹਾ ਵੀ ਜਿਵੇਂ ਕਹਿੰਦੇ ਇਹਦੇ ਪੌਦੇ ਪਾਉਣ ਤੋਂ ਪਹਿਲਾਂ ਲੱਤਾਂ ਵੀ ਤੋੜੀਆਂ ਗਈਆਂ ਜਵਾਕ ਦੀਆਂ। ਹਾਂਜੀ, ਮੈਨੂੰ ਪਤਾ ਲੱਗਾ ਵੀ ਇਹਦੀਆਂ ਲੱਤਾਂ ਬਾਹਾਂ ਤੋੜੀਆਂ ਗਈਆਂ, ਪੈਰ ਰੱਖ ਕੇ ਧੌਣ ਦੇ ਉੱਤੇ ਇਹਦੀ ਧੌਣ ਤੋੜੀ ਗਈ ਜੀ। ਹਾਂਜੀ, ਇੱਕ ਮਾਂ ਐਡੀ ਨਿਰਦਈ ਪੁੱਤ ਨੂੰ ਮਾਰੇ ਮੌਤ, ਕਿਵੇਂ ਲੱਗਦਾ ਮਾਰ ਸਕਦੀ ਇਸ ਤਰ੍ਹਾਂ? ਇਹ ਜੀ ਮਾਰ ਸਕਦੀ ਇਹਨੇ, ਮੇਰਾ ਸ਼ੱਕ ਪੈਂਦਾ, ਮੈਨੂੰ ਅੰਦਰੋਂ ਭਾਵਨਾ ਆ ਰਹੀ ਹੈ ਵੀ ਇਹਨੇ ਕੋਈ ਗੈਰ ਨਸ਼ਾ ਕੀਤਾ। ਅੱਛਾ, ਹਾਂਜੀ, ਜਿਵੇਂ ਟੋਆ ਬਹੁਤ ਛੋਟਾ ਸੀ, ਬੱਚਾ ਬਹੁਤ ਜ਼ਿਆਦਾ ਵੱਡਾ ਸੀ। ਇਹ ਜੀ ਕਰਤਾ ਬੈਠੀ ਬਾਹਰ ਚ, ਇਹਨੂੰ ਪਤਾ ਲੱਗਿਆ ਵੀ ਮੈਂ ਗਲਤ ਕਰ ਲਿਆ। ਅੱਛਾ, ਹਾਂਜੀ, ਟੋਆ ਪੂਰਾ ਨਹੀਂ ਪੱਟਿਆ, ਕੋਲੇ ਦਾਤੀ ਪਈ ਆ, ਕੁਛ ਆਂਡਿਆਂ ਦੇ ਫੁਲਕ ਪਏ। ਜਿਹੜਾ ਬੱਚੇ ਦਾ ਪਿਤਾ ਹੈ ਉਹ ਜੇਲ੍ਹ ਚ ਹੋਇਆ, ਕਿਸ ਤਰ੍ਹਾਂ ਮਹਿਸੂਸ ਕਿਵੇਂ ਲੱਗਿਆ? ਉਹਨੂੰ ਬੋਲਿਆ ਨਹੀਂ ਜਾਂਦਾ? ਉਹ ਤਾਂ ਬੋਲਿਆ ਨਹੀਂ ਜਾਂਦਾ ਜੀ। ਇੱਕ ਪਿਓ ਬੱਚੇ ਨੂੰ ਪਾਲਦਾ, ਦਿਹਾੜੀਆਂ ਕਰਦਾ, ਮਜ਼ਦੂਰੀਆਂ ਕਰਦੀਆਂ, ਜੋ ਵੀ ਕਰਦਾ, ਤੇ ਪਿਓ ਧਾਹਾਂ ਮਾਰ ਮਾਰ ਕੇ ਰੋਣਾ। ਉਹਨੇ ਤਾਂ ਰੋਣਾ ਹੀ ਰੋਣਾ ਸੀ। ਮੇਰੀ ਤਲਵੰਡੀ ਸਾਬੋ ਤੇ ਸਾਡੇ ਜੋ ਰਿਸ਼ਤੇਦਾਰ ਆਏ ਨਾ, ਉਹਨਾਂ ਨੇ ਵੀ ਅੱਖਾਂ ਇਸ ਵੇਲੇ ਬਰਲਾਪ ਦੀ ਲਹਿਰ ਚੱਲ ਰਹੀ। ਨਹੀਂ, ਕੀ ਬੱਚੇ ਦੀ ਮਾਂ ਦੇ ਕੋਈ ਸੰਬੰਧ ਲੱਗਦੇ ਸੀ ਤੁਹਾਨੂੰ ਕਿਸੇ ਨਾਲ ਯਾਰ? ਨਹੀਂ ਜੀ, ਮੈਂ ਨਹੀਂ ਇਸ ਗੱਲ ਕਹਿ ਸਕਦਾ, ਜਿਹੜੀ ਗੱਲ ਪੱਚੀ ਨਹੀਂ ਲੱਗਦੀ, ਪਰ ਮੈਨੂੰ ਜੱਜਮੈਂਟ ਇਸ ਗੱਲ ਦੀ ਵੀ ਸੰਬੰਧਾਂ ਤੋਂ ਬਿਨਾਂ ਕੰਮ ਨਹੀਂ ਹੋ ਸਕਦਾ।